ਬੇਟਾ ਭਾਸ਼ਾ ਦੀ ਮਨੁੱਖ ਦੇ ਸਮੁੱਚੇ ਜੀਵਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਹੁੰਦੀ ਆ। ਸਮਾਜ ਵਿੱਚ ਹਰ ਮਨੁੱਖ ਨੂੰ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਪੈਂਦਾ ਵਾ ਤੇ ਮਨੁੱਖ ਆਪਣੇ ਵਿਚਾਰਾਂ ਨੂੰ ਦੂਸਰਿਆਂ ਨਾਲ ਸਾਂਝੇ ਕਰਨ ਲਈ ਕਈ ਤਰ੍ਹਾਂ ਦੇ ਸਾਧਨਾਂ ਦੀ ਵਰਤੋਂ ਕਰਦਾ, ਜਿਵੇਂ ਇਸ਼ਾਰੇ ਹੋ ਗਏ, ਹਾਵ ਭਾਵ ਹੋ ਗਏ, ਰੰਗ ਹੋ ਗਏ। ਪਰ ਇਸ ਤੋਂ ਇਲਾਵਾ ਜਦੋਂ ਅਸੀਂ ਕਿਸੇ ਨਾਲ ਆਪਣੇ ਵਿਚਾਰ ਕਿਸੇ ਨਾਲ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਦੇ ਹਾਂ ਉਸ ਨੂੰ ਅਸੀਂ ਭਾਸ਼ਾ ਕਹਿੰਦੇ ਹਾਂ। ਜਦੋਂ ਮਨੁੱਖ ਜੋ ਵੀ ਸੋਚਦਾ, ਜੋ ਵੀ ਅਸੀਂ ਸੋਚਦੇ ਹਾਂ ਬਿਨਾਂ ਕਿਸੇ ਨੂੰ ਦੱਸੇ, ਕਿਸੇ ਨੂੰ ਪਤਾ ਲੱਗਦਾ ਕਿ ਅਸੀਂ ਕੀ ਸੋਚਦੇ ਪਏ ਹਾਂ ਜਦ ਤੱਕ ਅਸੀਂ ਸਾਹਮਣੇ ਵਾਲੇ ਵਿਅਕਤੀ ਨੂੰ ਬੋਲ ਕੇ ਜਾਂ ਲਿਖ ਕੇ ਨਾ ਦੱਸੀਏ। ਇਸੇ ਤਰ੍ਹਾਂ ਭਾਸ਼ਾ ਦੀਆਂ ਦੋ ਕਿਸਮਾਂ ਨੇ। ਭਾਸ਼ਾ ਦੀਆਂ ਦੋ ਕਿਸਮਾਂ ਦੀ ਹੁੰਦੀ ਹੈ, ਪਹਿਲੀ ਆ ਬੋਲਚਾਲ ਦੀ ਭਾਸ਼ਾ, ਜਿਸ ਵਿੱਚ ਮਨੁੱਖ ਆਪਣੇ ਵਿਚਾਰ ਸਾਹਮਣੇ ਵਾਲੇ ਵਿਅਕਤੀ ਨੂੰ ਬੋਲ ਕੇ ਦੱਸਦਾ, ਉਹਨੂੰ ਕਹਿੰਦੇ ਨੇ ਬੋਲਚਾਲ ਦੀ ਭਾਸ਼ਾ। ਦੂਸਰੀ ਆ ਲਿਖਤੀ ਭਾਸ਼ਾ। ਲਿਖਤੀ ਭਾਸ਼ਾ ਵਿੱਚ ਕੀ ਆ, ਜਦੋਂ ਅਸੀਂ ਆਪਣੇ ਮਨ ਦੇ ਵਿਚਾਰ ਲਿਖ ਕੇ ਪ੍ਰਗਟ ਕਰਦੇ ਹਾਂ ਉਹਨੂੰ ਲਿਖਤੀ ਭਾਸ਼ਾ ਕਹਿੰਦੇ ਨੇ। ਭਾਸ਼ਾ ਦੇ ਕਈ ਰੂਪ ਵੀ ਨੇ, ਭਾਸ਼ਾ ਨੂੰ ਕਈ ਰੂਪਾਂ ਵਿੱਚ ਵੀ ਵਰਤਿਆ ਜਾਂਦਾ ਵਾ। ਪਹਿਲਾ ਰੂਪ ਆ ਮਾਤ ਭਾਸ਼ਾ, ਜਿਹਨੂੰ ਅਸੀਂ ਕਹਿੰਦੇ ਹਾਂ ਮਾਤ ਭਾਸ਼ਾ। ਜਿਹੜੀ ਮਾਤ ਭਾਸ਼ਾ ਵਾ, ਬੱਚਾ ਆਪਣੇ ਪਰਿਵਾਰ ਤੋਂ ਆਪਣੇ ਆਲੇ ਦੁਆਲੇ ਤੋਂ ਸਿੱਖਦਾ। ਪੰਜਾਬੀ ਆਪਣੀ ਮਾਤ ਭਾਸ਼ਾ ਵਾ ਕਿਉਂਕਿ ਆਪਣੇ ਆਲੇ ਦੁਆਲੇ ਆਪਣੇ ਪਰਿਵਾਰ ਵਿੱਚ ਸਾਰੇ ਪੰਜਾਬੀ ਬੋਲਦੇ ਆ, ਇਸ ਲਈ ਆਪਣੀ ਜਿਹੜੀ ਮਾਤ ਭਾਸ਼ਾ ਵਾ ਪੰਜਾਬੀ ਆ। ਦੂਸਰਾ ਕਿਹੜਾ ਆ ਗਿਆ, ਰਾਜ ਭਾਸ਼ਾ। ਰਾਜ ਭਾਸ਼ਾ ਵਿੱਚ ਕੀ ਆ, ਜਿਹੜੀ ਭਾਸ਼ਾ ਇੱਕ ਰਾਜ ਸਮੁੱਚੇ ਰਾਜ ਵਿੱਚ ਬੋਲੀ ਜਾਂਦੀ ਆ ਉਹਨੂੰ ਰਾਜ ਭਾਸ਼ਾ ਕਿਹਾ ਜਾਂਦਾ ਵਾ। ਪੰਜਾਬੀਆਂ ਦੀ ਰਾਜ ਭਾਸ਼ਾ ਕਿਹੜੀ ਆ, ਪੰਜਾਬੀ ਜਿਹੜੀ ਪੂਰੇ ਰਾਜ ਵਿੱਚ ਬੋਲੀ ਜਾਂਦੀ ਆ। ਉਸ ਤੋਂ ਬਾਅਦ ਆਉਂਦੀ ਆ ਕੌਮੀ ਭਾਸ਼ਾ ਜਾਂ ਰਾਸ਼ਟਰੀ ਭਾਸ਼ਾ। ਕੌਮੀ ਭਾਸ਼ਾ ਜਾਂ ਰਾਸ਼ਟਰੀ ਭਾਸ਼ਾ, ਇਹ ਭਾਸ਼ਾ ਜਿਹੜੀ ਪੂਰੇ ਰਾਸ਼ਟਰ ਵਿੱਚ ਪੂਰੇ ਦੇਸ਼ ਵਿੱਚ ਬੋਲੀ ਜਾਂਦੀ ਆ ਇਹਨੂੰ ਰਾਸ਼ਟਰੀ ਭਾਸ਼ਾ ਜਾਂ ਕੌਮੀ ਭਾਸ਼ਾ ਕਿਹਾ ਜਾਂਦਾ ਵਾ। ਇਹ ਭਾਸ਼ਾ ਸਾਨੂੰ ਇੱਕ ਦੂਸਰੇ ਨਾਲ ਜੋੜ ਕੇ ਰੱਖਦੀ ਆ, ਜਿਵੇਂ ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਆ, ਹਿੰਦੀ। ਉਸ ਤੋਂ ਬਾਅਦ ਆਉਂਦੀ ਆ ਅੰਤਰਰਾਸ਼ਟਰੀ ਭਾਸ਼ਾ। ਅੰਤਰਰਾਸ਼ਟਰੀ ਭਾਸ਼ਾ, ਜਿਹੜੀ ਅੰਤਰਰਾਸ਼ਟਰੀ ਭਾਸ਼ਾ ਹੁੰਦੀ ਆ, ਭਾਸ਼ਾ ਜਿਹੜੀ ਆ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੀ ਆ, ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੀ ਆ। ਇਸ ਲਈ ਜਿਹੜੀ ਅੰਗਰੇਜ਼ੀ ਆ, ਅੰਗਰੇਜ਼ੀ ਨੂੰ ਅੰਤਰਰਾਸ਼ਟਰੀ ਭਾਸ਼ਾ ਦਰਜਾ ਦਿੱਤਾ ਗਿਆ ਵਾ, ਜਿਹਦੇ ਨਾਲ ਕੀ ਆ ਕਿ ਅਸੀਂ ਹਰੇਕ ਨਾਲ ਗੱਲਬਾਤ ਕਰ ਸਕਦੇ ਹਾਂ, ਹਰੇਕ ਦੀ ਗੱਲ ਨੂੰ ਸਮਝ ਸਕਦੇ ਹਾਂ। ਉਸ ਤੋਂ ਬਾਅਦ ਹੁੰਦੀ ਆ ਟਕਸਾਲੀ ਭਾਸ਼ਾ। ਟਕਸਾਲੀ ਭਾਸ਼ਾ ਉਹ ਹੁੰਦੀ ਆ ਜਿਹਦੇ ਨਾਲ ਜਿਹਦੇ ਵਿੱਚ ਅਸੀਂ ਅਖਬਾਰ ਲਿਖਦੇ ਹਾਂ, ਅਖਬਾਰਾਂ ਵਿੱਚ ਟਕਸਾਲੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਆ। ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਸਰਕਾਰੀ ਦਫ਼ਤਰਾਂ ਵਿੱਚ ਜਾਂ ਕਿਤਾਬਾਂ ਵਿੱਚ ਲਿਖੀ ਜਾਂਦੀ ਆ, ਰੇਡੀਓ, ਅਖਬਾਰਾਂ, ਟੀਵੀਆਂ ਵਿੱਚ ਜਿਹਦੀ ਵਰਤੋਂ ਕੀਤੀ ਜਾਂਦੀ ਆ ਉਹਨੂੰ ਟਕਸਾਲੀ ਭਾਸ਼ਾ ਕਿਹਾ ਜਾਂਦਾ ਵਾ। ਉਸ ਤੋਂ ਬਾਅਦ ਆਉਂਦੀ ਆ ਸਾਹਿਤਕ ਭਾਸ਼ਾ। ਸਾਹਿਤਕ ਭਾਸ਼ਾ ਜਿਹੜੀ ਸਾਹਿਤ ਲਈ ਵਰਤੀ ਜਾਂਦੀ ਆ, ਇਹ ਜਿਹੜੀ ਲਿਖਤੀ ਭਾਸ਼ਾ ਜਿਹੜੀ ਹੁੰਦੀ ਆ ਆਮ ਬੋਲਚਾਲ ਦੀ ਸ਼ਬਦਾਵਲੀ ਦੇ ਦੋਵਾਂ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਆ ਇਹਦੇ ਵਿੱਚ। ਇਹ ਸਾਹਿਤਕ ਭਾਸ਼ਾ ਜਿਹੜੀ ਆ ਟਕਸਾਲੀ ਦੀ, ਇਹਦੇ ਵਿੱਚ ਵੀ ਟਕਸਾਲੀ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਸਾਹਿਤਕ ਭਾਸ਼ਾ ਵਿੱਚ। ਇਸ ਤੋਂ ਇਲਾਵਾ ਇਲਾਕੇ ਦੇ ਵਿਸ਼ੇਸ਼ ਜਿਹੜੇ ਸਾਹਿਤਕਾਰ ਹੁੰਦੇ ਨੇ ਉਹ ਆਪਣੀ ਉਪਭਾਸ਼ਾ ਦੀ ਵਧੇਰੇ ਵਰਤੋਂ ਕਰਦੇ ਨੇ। ਸਾਹਿਤਕ ਭਾਸ਼ਾ ਜਿਹੜੀ ਹੁੰਦੀ ਆ ਇਹਦੇ ਵਿੱਚ ਵੀ ਟਕਸਾਲੀ ਭਾਸ਼ਾ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਆ। ਉਸ ਤੋਂ ਬਾਅਦ ਆ ਗਈ ਉਪਭਾਸ਼ਾ। ਉਪਭਾਸ਼ਾ ਵਿੱਚ ਕੀ ਆ, ਉਪਭਾਸ਼ਾ ਜਿਹੜੀ ਆ ਜਿਹੜੀ ਕਿਸੇ ਖਾਸ ਇਲਾਕੇ ਵਿੱਚ ਬੋਲੀ ਜਾਂਦੀ ਆ, ਰਾਜ ਦੇ ਵਿੱਚ ਖਾਸ ਇਲਾਕੇ ਵਿੱਚ ਬੋਲੀ ਜਾਂਦੀ ਆ ਉਹਨੂੰ ਉਪਭਾਸ਼ਾ ਕਿਹਾ ਜਾਂਦਾ ਵਾ। ਪੰਜਾਬੀ ਵਿੱਚ 8 ਉਪਭਾਸ਼ਾਵਾਂ ਨੇ। ਪਹਿਲੀ ਹੈਗੀ ਆ ਮਾਝੀ, ਦੁਆਬੀ, ਮਲਵਈ, ਡੋਗਰੀ, ਪੁਆਧੀ, ਪੋਠੋਹਾਰੀ, ਮੁਲਤਾਨੀ ਤੇ ਪਟਿਆਲੀ। ਇਹ ਸਾਡੀਆਂ 8 ਉਪਭਾਸ਼ਾਵਾਂ ਨੇ ਜਿਹੜੀਆਂ ਖਾਸ ਇਲਾਕੇ ਵਿੱਚ ਬੋਲੀਆਂ ਜਾਂਦੀਆਂ ਨੇ। ਧੰਨਵਾਦ।